ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਏ ਹਾਂ ਜੀ ਅਸੀਂ ਰਾਜਸਥਾਨ ਦੇ ਸ਼ਹਿਰ ਹਨੂੰਮਾਨਗੜ੍ਹ ਵਿੱਚ। ਅਤੇ ਇੱਕ ਮਿੰਟ ਮੈਂ ਥੋੜ੍ਹਾ ਸ਼ੀਸ਼ਾ ਸਾਫ਼ ਕਰਾਂ। ਅਸੀਂ ਆਏ ਹਾਂ ਜੀ ਹਨੂੰਮਾਨਗੜ੍ਹ ਵਿੱਚ ਅਤੇ ਗੰਗਾਨਗਰ ਤੋਂ ਆਲਮੋਸਟ 60 ਕਿਲੋਮੀਟਰ ਪੈ ਜਾਂਦਾ ਜੀ ਇਹ ਦੂਰ। ਅਤੇ ਇੱਥੇ ਆ ਕੇ ਪਹਿਲੀ ਵਾਰੀ ਮੈਂ ਖੁਦ ਆਇਆ ਆਪਣੀ ਜ਼ਿੰਦਗੀ ਦੇ ਵਿੱਚ ਹਨੂੰਮਾਨਗੜ੍ਹ ਵਿੱਚ। ਅਤੇ ਇੱਥੇ ਬੜਾ ਅੱਛਾ ਮਾਹੌਲ ਹੈ, ਤੁਹਾਨੂੰ ਥੋੜ੍ਹਾ ਜਿਹਾ ਸ਼ਹਿਰ ਦਿਖਾ ਦਿੰਦੇ ਹਾਂ। ਵੇਖੋ ਜੀ, ਆਹ ਦੇਖੋ, ਕਾਫ਼ੀ ਮਤਲਬ ਇਹ ਨਹੀਂ ਕਿ ਪਛੜਿਆ ਹੋਇਆ, ਮਤਲਬ ਡਿਵੈਲਪਡ ਹੈ। ਊਂਠ ਕਿੱਡਾ ਅੱਛਾ ਲੱਗ ਰਿਹਾ ਹੈ ਨਾ, ਊਂਠ ਕਿੱਡਾ ਅੱਛਾ ਲੱਗ ਰਿਹਾ ਸੀਗਾ, ਊਂਠ ਵੀ ਡਿਵੈਲਪਡ ਲੱਗ ਰਿਹਾ ਸੀਗਾ। ਸੋ ਇਹ ਹੈ ਜੀ ਹਨੂੰਮਾਨਗੜ੍ਹ ਸ਼ਹਿਰ। ਅਸੀਂ ਰਾਤ ਜੋ ਮੈਂ ਰਾਤ ਕਹਿੰਦਾ ਇਹ ਟੀ ਟੀ ਕਰੀ ਜਾਂਦਾ, ਨਹੀਂ ਹਟਦਾ ਇਹ। ਸੋ ਰਾਤ ਅਸੀਂ ਸੀਗੇ ਜੀ ਕਿੱਥੇ ਸੀਗੇ, ਜਗਾਦਰੀ ਹੈਗੇ ਸੀਗੇ ਰਾਤ ਨੂੰ। ਅਤੇ ਰਾਤੋਂ ਰਾਤ ਅਸੀਂ ਡਰਾਈਵ ਕਰਕੇ ਬਾਏ ਰੋਡ ਅਸੀਂ ਇੱਥੇ ਪਹੁੰਚੇ ਹਾਂ। ਆਲਮੋਸਟ 6.5 ਘੰਟੇ ਸਾਨੂੰ ਲੱਗ ਗਏ ਰਾਤੋਂ ਰਾਤ ਪਹੁੰਚਦੇ। ਰੈਸਟ ਠੀਕ ਠਾਕ ਹੀ ਹੋਈ, ਕੋਈ ਖਾਸ ਹੋਈ ਨਹੀਂ। 2 ਘੰਟੇ ਅਸੀਂ ਇੱਥੇ ਕਿਸੇ ਪਿਆਰ ਵਾਲਿਆਂ ਦੇ ਘਰ ਅਸੀਂ ਰੁਕੇ ਸੀਗੇ। ਬਹੁਤ ਚੰਗਾ ਪਰਿਵਾਰ, ਪਿਆਰ ਵਾਲਾ ਪਰਿਵਾਰ ਹੈ। ਅਤੇ ਉਹਨਾਂ ਦੇ ਘਰ ਅਸੀਂ ਸਵੇਰੇ ਆ ਕੇ ਫਿਰ ਥੋੜ੍ਹੀ ਜਿਹੀ ਰੈਸਟ ਕੀਤੀ ਹੈ ਜੀ। ਫਿਰ ਆਪਣਾ ਇਸ਼ਨਾਨ ਪਾਣੀ ਕਰਕੇ ਤਿਆਰ ਹੋ ਕੇ ਗੁਰੂ ਗੁਰੂ ਕਰਕੇ ਅਤੇ ਜੀ ਅਸੀਂ ਹੁਣ ਤੁਰ ਪਏ ਹਾਂ ਜੀ ਕੀਰਤਨ। ਸੋ ਜੀ ਕੀਰਤਨ ਹੈਗਾ ਜੀ ਆਲਮੋਸਟ 11:30 ਵਜੇ ਦਾ ਟਾਈਮ ਹੈ। ਜਾ ਰਹੇ ਹਾਂ ਜੀ, ਬਹੁਤ ਹੀ ਕੋਈ ਵਧੀਆ ਮੌਸਮ ਹੈ। ਕੋਈ ਅਕੈਡਮੀ ਕਹਿ ਰਹੇ ਸੀ ਗੁਰਮਤਿ ਸੰਗੀਤ ਦੀ, ਨਹੀਂ ਕੋਈ ਯੂਨੀਵਰਸਿਟੀ ਹੈ, ਕੋਈ ਓਪਨਿੰਗ ਹੈ ਅੱਜ ਉਹਦੀ, ਪਤਾ ਨਹੀਂ ਕੋਈ ਓਪਨਿੰਗ ਹੈ ਕਿ ਕੋਈ ਹੈ ਅੱਜ ਯੂਨੀਵਰਸਿਟੀ ਦਾ, ਨਹੀਂ ਪੱਥਰ ਰੱਖਣਾ ਕੁਛ, ਪਤਾ ਨਹੀਂ ਕੁਛ ਹੈ ਜੀ। ਕਾਲਜ ਸੀਗਾ ਮੇਰੇ ਘਰ ਦੇ ਨਾਲ, ਹਾਂ ਕੋਈ ਕਾਲਜ ਵਗੈਰਾ ਨਵਾਂ ਖੁੱਲ ਰਿਹਾ ਜਾਂ ਖੁੱਲ ਗਿਆ ਇਹ ਹੁਣ ਜਾ ਕੇ ਪਤਾ ਲੱਗੇਗਾ ਜੀ। ਅਤੇ ਖੈਰ ਤੁਹਾਨੂੰ ਵਿਖਾਉਂਦੇ ਹਾਂ, ਨਾਲ ਨਾਲ ਸ਼ਹਿਰ ਵਿਖਾਉਂਦੇ ਹਾਂ, ਦੇਖੋ ਜੀ। ਅੱਛਾ ਸ਼ਹਿਰ ਹੈ, ਅੱਜ ਮੌਸਮ ਦੇਖੋ ਕਿਆ ਬਾਤ ਹੈ ਜੀ। ਬੇਸਿਕਲੀ ਹਨੂੰਮਾਨਗੜ੍ਹ ਜੰਕਸ਼ਨ ਹੈ, ਹਾਂ ਇਹ ਜੰਕਸ਼ਨ ਹੈ ਜੀ ਹਨੂੰਮਾਨਗੜ੍ਹ। ਹਾਂਜੀ ਸਿਮਰਨ ਜੀ, ਕੀ ਹਾਲ ਹੈ? ਵਧੀਆ ਭਾਜੀ, ਆਨੰਦ ਲੈ ਰਹੇ, ਕੀ ਮਹਿਸੂਸ ਕਰ ਰਹੇ ਹੋ? ਬਹੁਤ ਅੱਛਾ ਮਹਿਸੂਸ ਹੋ ਰਿਹਾ ਭਾਜੀ, ਪਰੌਂਠੇ ਮਹਿਸੂਸ, ਰੈਸਟ ਥੋੜੀ ਹੋਈ ਬਟ ਫਰੈਸ਼ ਹੋ ਗਿਆ। ਅੰਬ ਦੇ ਚਾਰ ਨਾਲ ਪਰੌਂਠੇ ਬਹੁਤ ਦੇਰ ਬਾਅਦ ਖਾਧੇ ਯਾਰ, ਜ਼ਿੰਦਗੀ ਤੁਹਾਡੀ ਤਬਲੇ ਵਾਲੇ ਆਉਂਦੀ ਹੈ ਨਾ। ਅੰਬ ਦਾ ਚਾਰ ਭਾਜੀ, ਮੈਂ ਇਸੇ ਕਰਕੇ ਮੈਂਸ਼ਨ ਕੀਤਾ ਅੰਬ ਦਾ ਚਾਰ ਇਨਵਰਟਿਡ ਕੋਮਾ, ਸਾਨੂੰ ਤਾਂ ਸਮੈਲ ਲੈ ਕੇ ਸਾਨੂੰ ਅੰਬ ਦਾ ਚਾਰ ਨਹੀਂ ਭਾਜੀ, ਅਸੀਂ ਤਾਂ ਮੈਂ ਕਿਹਾ ਸਮੈਲ ਲੈ ਕੇ ਸਵਾਦ ਲੈ ਲਈ ਨਾ ਬਸ। ਮੈਂ ਨਾ ਥੋੜ੍ਹਾ ਦੂਰੋਂ ਗਿਆ, ਆਹ ਹਾਂ ਹਾਂ ਕਿਆ ਬਾਤ ਹੈ, ਅਮਨ ਜੋਸਿਆਂ ਤੇਰੀ ਇਹ ਇਹ ਖਾਈ ਜਾ ਰਿਹਾ ਸੀਗਾ, ਬਹੁਤ ਸਵਾਦ ਸੀਗਾ ਅਤੇ ਅਸੀਂ ਬਸ ਤੱਕੀ ਜਾ ਰਹੇ ਸੀਗੇ। ਖੈਰ ਨਹੀਂ ਹੁਣ ਅਚਾਰ ਸਾਡੀ ਕਿਸਮਤ ਚ ਕੀ ਕਰ ਸਕਦੇ ਹਾਂ, ਕੀਰਤਨ ਵੀ ਤਾਂ ਕਰਨਾ ਕਿ ਨਹੀਂ, ਜੇ ਅਸੀਂ ਅਚਾਰ ਖਾ ਲਿਆ ਤਾਂ ਗਲੇ ਬਹਿ ਜਾਣਗੇ ਤਾਂ ਫਿਰ ਤੁਸੀਂ ਕਹੋਗੇ ਕਿ ਕੀਰਤਨ ਦਾ ਸਵਾਦ ਨਹੀਂ ਆਇਆ। ਸਵਾਦ ਸਾਨੂੰ ਵੀ ਨਹੀਂ ਆਉਂਦਾ, ਫਿਰ ਸਵਾਦ ਤਾਂ ਫਿਰ ਇੱਕੋ ਹੀ ਲੈ ਹੁੰਦਾ ਨਾ, ਜਾਂ ਫਿਰ ਜੀਭ ਦਾ ਸਵਾਦ ਲੈ ਲਓ ਜਾਂ ਫਿਰ ਅੰਦਰ ਦਾ ਸਵਾਦ ਲੈ ਲਓ, ਹੈ ਨਾ। ਅਤੇ ਅਸੀਂ ਫਿਰ ਆਪਣੀ ਜੀਭ ਦਾ ਸਵਾਦ ਨਾ ਤਿਆਗ ਦਿੱਤਾ, ਅਸੀਂ ਅਚਾਰ ਨੂੰ ਹੱਥ ਵੀ ਨਹੀਂ ਲਾਇਆ। ਜੀਭ ਤਾਂ ਲਾਉਣੀ ਬੜੀ ਦੂਰ ਦੀ ਗੱਲ ਸੀ, ਅਸੀਂ ਫਿਰ ਇੱਦਾਂ ਕੀਤਾ ਵੀ ਦਹੀਂ ਅਤੇ ਪਰੌਂਠੇ, ਆਹ ਪਰ ਅਚਾਰ ਨਹੀਂ ਖਾਧਾ ਸੀ। ਖੈਰ ਬਹੁਤ ਅੱਛਾ ਹੈ ਇੱਥੇ ਦਾ ਮਾਹੌਲ, ਮੈਂ ਫਿਰ ਤੁਹਾਨੂੰ ਸ਼ਹਿਰ ਦਿਖਾਉਂਦਾ ਜੀ। ਆਹ ਦੇਖੋ ਜੀ, ਆਹ 3-ਵੀਲਰ ਇੱਥੋਂ ਦੇ, ਇਹ ਪਿੱਛੋਂ ਦੀ ਓਪਨ ਹੁੰਦੇ ਆ 3-ਵੀਲਰ,
ਇਸ ਟਾਈਮ ਮੈਨੂੰ ਖੁਸ਼ੀ ਇਹ ਗੱਲ ਦੀ ਹੋਈ ਅਮਨਜੋਤ ਸਿੰਘ ਜੀ ਮਹਾਰਾਜ ਵੀ ਯਾਰ ਰੋਡਸ ਬੜੀਆਂ ਅੱਛੀਆਂ ਬਣ ਗਈਆਂ ਬਹੁਤ ਵਧੀਆ ਸਫ਼ਰ ਦਾ ਪਤਾ ਨਹੀਂ ਲੱਗਾ ਹਾਂ ਅਸੀਂ ਗੱਲਾਂ ਭਾਵੇਂ ਜੋ ਮਰਜ਼ੀ ਕਰੀ ਜਾਈਏ ਪਰ ਜੋ ਪ੍ਰੈਕਟੀਕਲ ਆਪਾਂ ਵੇਖਦੇ ਹਾਂ ਅਸੀਂ ਯਮੁਨਾ ਨਗਰ ਤੋਂ ਜਦੋਂ ਰਾਜਪੁਰੇ ਤੋਂ ਰਾਜਪੁਰੇ ਅੰਬਾਲਾ ਰਾਜਪੁਰਾ ਪਟਿਆਲਾ ਸੰਗਰੂਰ ਵਾਲੀ ਰੋਡ ਫੜ ਕੇ ਜਦੋਂ ਆਏ ਹਾਂ ਅਤੇ ਕਿਤੇ ਵੀ ਸਾਡੀ ਬ੍ਰੇਕ ਨਹੀਂ ਲੱਗੀ ਇੰਨੀ ਅੱਛੀ ਰੋਡ ਸੀ ਤੁਸੀਂ ਜਦੋਂ ਕਿਤੇ ਇੱਧਰੋਂ ਜਾਓ ਤਾਂ ਇਸ ਰੋਡ ਤੋਂ ਜ਼ਰੂਰ ਦੇਖਿਓ ਕਮਾਲ ਦੀ ਰੋਡਸ ਬਣੀਆਂ ਹੋਈਆਂ ਅਤੇ ਸਾਨੂੰ ਸਫ਼ਰ ਦਾ ਪਤਾ ਨਹੀਂ ਲੱਗਾ ਬਹੁਤ ਹੀ ਕਮਾਲ ਇੰਨਾ ਡਰਾਈਵਿੰਗ ਕਰਕੇ ਵੀ ਸਵਾਦ ਆ ਰਿਹਾ ਸੀ ਰਾਤ ਨੂੰ ਤਾਂ ਆਹ ਦੇਖੋ ਜੀ ਛੋਟਾ ਸਾਹਿਬ ਟਰਾਲੀ ਚ ਲਾ ਲਿਆ ਨਾਸ਼ਤਾ ਲਈ ਆਪਾਂ ਨਹੀਂ ਮੰਨਦੇ ਕਿਸੇ ਦੀ ਪਿਛੋੜਨ ਮਾਰ ਰਹੇ ਉਹ ਕਹਿੰਦੇ ਨਾ ਝੋਟਿਆਂ ਦੀ ਤਾਂ ਮਿਸਾਲਾਂ ਬਹੁਤ ਆ ਕਹਿੰਦੇ ਕੀ ਝੋਟਿਆਂ ਵਾਂਗੂ ਖੜਾ ਵਾ ਆਫਰਿਆ ਪਿਆ ਵਾ ਤੂੰ ਇਹ ਹੈ ਉਹ ਹੈ ਇਹ ਦੇਖ ਕਿੰਨੀ ਵਧੀਆ ਮਿਸਾਲ ਸੀ ਉਹ ਸੜਕ ਦੇ ਵਿੱਚ ਹੀ ਖੜਾ ਅਗਲਾ ਕਹਿੰਦਾ ਜਾਓ ਮੈਂ ਨਹੀਂ ਸਾਈਡ 'ਤੇ ਹੋਣਾ ਅਤੇ ਸੋ ਇਹ ਬਾਤ ਹੈ ਜੀ ਆ ਹੋਰ ਦੇਖੋ ਹਨੂੰਮਾਨਗੜ੍ਹ ਸੋਰੀ ਤੁਸੀਂ ਬੋਰ ਵੀ ਹੋਵੋਗੇ ਪਰ ਕੀ ਕਰੀਏ ਹੁਣ ਸਾਡੇ ਕੋਲ ਦਿਖਾਉਣ ਲਈ ਬਹੁਤ ਕੁਛ ਹੈਗਾ ਆਹ ਗਾਵਾਂ ਹੋ ਗਈਆਂ ਮੱਝਾਂ ਹੋ ਗਈਆਂ ਅਤੇ ਆਹ ਪੱਠੇ ਲੈ ਕੇ ਬੀਬੀਆਂ ਜਾ ਰਹੀਆਂ ਇਹ ਮਤਲਬ ਇੱਥੇ ਦਾ ਨਾ ਅੱਜ ਵੀ ਤੁਹਾਨੂੰ ਉਹ ਪੁਰਾਣਾ ਕਲਚਰ ਨਜ਼ਰ ਆਏਗਾ ਰਾਜਸਥਾਨ ਦੇ ਕਈ ਸ਼ਹਿਰ ਜਿਹੜੇ ਆ ਅੱਜ ਵੀ ਤੁਹਾਨੂੰ ਮਹਿਸੂਸ ਹੋਏਗਾ ਤੁਸੀਂ ਥੋੜ੍ਹਾ ਜਿਹਾ ਸਮੇਂ ਤੋਂ ਪਿੱਛੇ ਚਲੇ ਗਏ ਹੋ ਥੋੜ੍ਹੀ ਐਡਵਾਂਸ ਟੈਕਨੋਲੋਜੀ ਤੋਂ ਥੋੜ੍ਹੇ ਜਿਹੇ ਪਿੱਛੇ ਆ ਗਏ ਹੋ ਇਹਦਾ ਮਤਲਬ ਕੋਈ ਮਾੜੀ ਗੱਲ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਅੱਜ ਵੀ ਲੋਕ ਸਾਨੂੰ ਉਸ ਵਿਰਸੇ ਨਾਲ ਜੋੜਦੇ ਇੱਥੇ ਨਜ਼ਰ ਆਉਂਦੇ ਨੇ ਉਹ ਯਾਦ ਕਰਾਉਂਦੇ ਆ ਸਾਨੂੰ ਵਿਰਸਾ ਜਿਹੜਾ ਸਾਡੇ ਪੰਜਾਬ ਦੇ ਵਿੱਚੋਂ ਖਤਮ ਹੁੰਦਾ ਜਾ ਰਿਹਾ ਕਾਫੀ ਪਿੰਡਾਂ ਦੇ ਵਿੱਚ ਤੁਹਾਨੂੰ ਫਿਰ ਨਜ਼ਰ ਆ ਜਾਏਗਾ ਕਿਤੇ ਨਾ ਕਿਤੇ ਪਰ ਹੁਣ ਪਿੰਡ ਵੀ ਸਾਡੇ ਕਾਫੀ ਐਡਵਾਂਸ ਹੋ ਗਏ ਆ ਕੁਛ ਹਰ ਇੱਕ ਗੱਲ ਦੇ ਨਾ ਕੁਛ ਪੋਜ਼ਿਟਿਵ ਵੀ ਹੁੰਦੇ ਆ ਕੁਛ ਨੈਗੇਟਿਵ ਵੀ ਹੁੰਦੇ ਆ ਅਤੇ ਜਿੱਥੇ ਦਿਨ ਹੈ ਉੱਥੇ ਰਾਤ ਵੀ ਹੈ ਸੋ ਇਸ ਤਰ੍ਹਾਂ ਕਰਕੇ ਕੁਛ ਪੋਜ਼ਿਟਿਵ ਨਵੀਆਂ ਚੀਜ਼ਾਂ ਜਿਹੜੇ ਨਵੇਂ ਯੁੱਗ ਦੇ ਨਾਲ ਆ ਰਹੀਆਂ ਉਹ ਪੋਜ਼ਿਟਿਵ ਵੀ ਹੈ ਅਤੇ ਕੁਛ ਨੈਗੇਟਿਵ ਵੀ ਹੈ ਪਰ ਇੱਥੇ ਆ ਕੇ ਮੈਨੂੰ ਅੱਛਾ ਲੱਗਾ ਵੀ ਉਹ ਸਾਰਾ ਪੁਰਾਣੀਆਂ ਟਰਾਲੀਆਂ ਅਤੇ ਇਹ ਉਹ ਆਹ ਦੇਖੋ ਜੀ ਰੋਡਸ ਬਹੁਤ ਅੱਛੀਆਂ ਹਾਂ ਰੋਡਸ ਕਿਆ ਬਾਤ ਹੈ ਦੇਖੋ ਜੀ ਰੋਡਸ ਕਿਆ ਬਾਤ ਅੱਜ ਦੇ ਵਲੋਗ ਦੀ ਸ਼ੁਰੂਆਤ ਅਸੀਂ ਕੀਤੀ ਸੀਗੀ ਊਂਠ ਤੋਂ ਕੈਮਲ ਸੋ ਇੱਥੇ ਊਂਠ ਬਹੁਤ ਰਾਜਸਥਾਨ ਦੇ ਤਾਂ ਇਹ ਜਿੱਦਾਂ ਹੁੰਦਾ ਨਾ ਰਾਸ਼ਟਰੀ ਕੀ ਕਹਿੰਦੇ ਉਹਨੂੰ ਪਸ਼ੂ ਰਾਸ਼ਟਰੀ ਪਸ਼ੂ ਮਤਲਬ ਨੈਸ਼ਨਲ ਨਹੀਂ ਮਤਲਬ ਸਟੇਟ ਐਨੀਮਲ ਕਹਿ ਸਕਦੇ ਹਾਂ ਇਹਨੂੰ ਸੋ ਇੱਥੇ ਦਾ ਜੀ ਊਂਠ ਬੜਾ ਮਸ਼ਹੂਰ ਆ ਜੀ ਬਾਕੀ ਦੀ ਅਪਡੇਟ ਤਾਂ ਦਿੰਦੇ ਵੱਡੇ ਬਣੋ ਹਾਂ ਦੇਖੋ ਜੀ ਟੋਲ ਟੈਕਸ ਵੀ ਰਾਜਸਥਾਨੀ ਇਹਨਾਂ ਕੋਲ ਫਾਸਟ ਹੈਗਾ ਕਿ ਨਹੀਂ ਤੁਹਾਡੇ ਨਿੱਜੀ ਵਾਹਨ ਬੰਦੇ ਚੰਗੇ ਹੈ ਰਾਤੀ ਵੀ ਜਦੋਂ ਆਪਾਂ ਲੰਘੇ ਟੋਲ ਟੈਕਸ ਨਹੀਂ ਲਿਆ ਇਹਨਾਂ ਨੇ ਹੁਣ ਵੀ ਨਹੀਂ ਲਿਆ ਇਹ ਚੱਕਰ ਕੀ ਹੈ ਇਹ ਨਿੱਜੀ ਵਾਹਨ ਦੀ ਲਾਈਨ ਕੋਈ ਵੱਖਰੀ ਸੀਗੀ ਇਹਨਾਂ ਨੇ ਟੋਲ ਨਹੀਂ ਲਿਆ ਯਾਰ ਕਮਾਲ ਆ ਹਨਾ ਉਹ ਵੇਖ ਕੇ ਉਹਨੇ ਮੂੰਹ ਪਰੇ ਕਰ ਲਿਆ ਇਹ ਚੱਕਰ ਕੀ ਬਣਿਆ ਉਹਨੇ ਪਹਿਲਾਂ ਹੀ ਰਾਹ ਰੂਹ ਖੋਲਦੇ ਸਾਡੇ ਪਛਾਣ ਤਾਂ ਨਹੀਂ ਲਿਆ ਸਾਨੂੰ ਕਿਤੇ ਹੋ ਸਕਦਾ ਪਛਾਣ ਲਿਆ ਹੋਵੇ ਭਾਈ ਗਗਨਦੀਪ ਸਿੰਘ ਵੈਸੇ ਤਾਂ ਸਾਨੂੰ ਜਿਹੜਾ ਪਛਾਣਦਾ ਉਹ ਕਹਿੰਦਾ ਭਾਈ ਸਾਹਿਬ ਇੱਥੇ ਰੱਖੋ ਪਹਿਲਾਂ ਟੋਲ ਮਾਰੇ ਤੁਹਾਡੇ ਇਲਾਕੇ 'ਚ ਆਏ ਆ ਇੰਨਾ ਕਿਤੇ ਬਣਦਾ ਇਲਾਕਾ ਆਪਣਾ ਜੀ ਆਪਣਾ ਇਲਾਕਾ ਇਹ ਤਾਂ ਟੋਲ ਨਹੀਂ ਸਾਡੇ ਕੋਲ ਲੈਂਦੇ ਲੈ ਲੈਂਦੇ ਵਿਚਾਰੇ ਕੀ ਫਰਕ ਪੈਣਾ ਹੈਗਾ ਚਲੋ ਖੈਰ ਮਾਣ ਦਿੱਤਾ ਬਹੁਤ ਧੰਨਵਾਦ ਉਹਨਾਂ ਦਾ ਅਸੀਂ ਪਹੁੰਚ ਕੇ ਲੱਗਦਾ ਨਹੀਂ ਇਹੀ ਹੈ ਇਹੀ ਹੈ ਇਹੀ ਹੈ ਕੀਰਤਨ ਹੋ ਰਿਹਾ ਇਹ ਹੈ ਜੀ ਸਮਾਗਮ ਕੋਈ ਵਿਦਿਆਲਿਆ ਹੈ ਜੀ ਇਹ ਅੰਦਰ ਹੀ ਅੰਦਰ ਹੀ
ਸਿੱਧੀ ਆ ਰਹੀ ਹੈ? ਬਿਲਕੁਲ ਸਿੱਧੀ ਲਾ। ਠੀਕ ਹੈ। ਬਹੁਤ ਖੁਸ਼ੀ ਹੋਈ ਆਪਣੇ ਭਾਈ ਸਾਹਿਬ ਨੇ ਜਿਹਨੇ ਕੀਰਤਨ ਕੀਤਾ ਅੱਜ। ਕੋਈ ਨੀ ਕੋਈ ਨੀ, ਪਿਆਰ ਆ ਤੁਹਾਡਾ। ਹਾਂਜੀ ਬਹੁਤ ਬਹੁਤ ਵਧੀਆ ਜਿਹਾ, ਐਤਕਿ ਪਹਿਲੀ ਵਾਰ ਹੀ ਸੀਗਾ ਜੀ ਆਪਣੇ ਭਾਈ ਸਾਹਿਬ ਜੀ ਦਾ ਕੀਰਤਨ, ਬਹੁਤ ਆਨੰਦ ਆਇਆ। ਸੋ ਬਹੁਤ ਖੁਸ਼ੀ ਹੈ ਜੀ। ਮਹਾਰਾਜ ਚੜ੍ਹਦੀਆਂ ਕਲਾ ਵਰਤੇ ਬਖਸ਼ੇ ਵੀਰ ਜੀ ਨੂੰ। ਧੰਨਵਾਦ ਵੀਰ, ਧੰਨਵਾਦ। ਆਸ ਕਰਦੇ ਹਾਂ ਵੀ ਦਰਸ਼ਨ ਦਿੰਦੇ ਰਹੋਗੇ ਤੁਸੀਂ ਹੁਣ। ਕਿਰਪਾ ਕਰਨ ਲਖਨਾਥ ਖਸਮਤ
ਸਾਰੇ ਬੜੇ ਪਿਆਰ ਵਾਲੇ ਸਿੰਘ ਇੱਥੇ ਦੇ ਹਨੂਮਾਨਗੜ੍ਹ ਦੇ। ਪਹਿਲੀ ਵਾਰ ਆਏ ਜੀ ਤੁਸੀਂ? ਹਾਂ ਪਹਿਲੀ ਵਾਰੀ ਮੈਂ ਆਇਆ ਤੇ ਬੜਾ ਚੰਗਾ ਲੱਗਾ। ਸਾਰੇ ਕੀਰਤਨ ਕਰਦੇ ਮੁੰਡੇ, ਬੜਾ ਸੋਹਣਾ ਕੀਰਤਨ ਕਰਦੇ, ਤੇ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਇੱਦਾਂ ਕੀਰਤਨ ਕਰਦੇ ਰਹੋ, ਨਿਹਾਲ ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਰਾਜਸਥਾਨ ਦੀਆਂ ਰੋਡਾਂ ਦੇ ਦਰਸ਼ਨ ਕਰੋ ਜੀ। ਇਹ ਜਿੱਥੋਂ ਲੰਘ ਰਹੇ ਹਾਂ ਇਸ ਏਰੀਏ ਦਾ ਨਾਮ ਹੈ ਲਾਲਗੜ੍ਹ। ਇਹ ਲਾਲਗੜ੍ਹ ਹੈ, ਇਹ ਲਾਲਗੜ੍ਹ ਦਾ ਇੱਥੋਂ ਮਾਈਲਸਟੋਨ ਦੇਖਿਆ ਮੈਂ ਹੁਣੇ। ਮੈਡਮ ਮਹਾਰਾਜ ਓਦਾਂ ਹੀ ਅਸੀਂ ਮੈਲੇ ਹਾਂ, ਵੈਸੇ ਵੀ ਕੈਮਰੇ 'ਚ ਮੈਲੇ ਹੀ ਨਜ਼ਰ ਆ ਰਹੇ। ਉਪਜਾਊ ਨੀ ਨਾ ਹੈਗੀ ਵਾਹਵਾ ਮਿੱਟੀ, ਆਪਣੇ ਪੰਜਾਬ ਦੀ ਮਿੱਟੀ ਬਹੁਤ ਉਪਜਾਊ ਹੈ ਇਹਦੇ ਨਾਲ। ਠੀਕ ਹੈ ਮਹਾਰਾਜ, ਤੁਸੀਂ ਕੁਛ ਕਹਿਣਾ ਚਾਹੋਗੇ? ਆਉਣ ਦਿਓ ਅਜੇ ਭਾਜੀ, ਮਾਹੌਲ ਬਣਨ ਦਿਓ, ਫਿਰ ਆਊਗੀ ਤਾਂ ਫਿਰ ਕੱਢ ਦਿਆਂਗਾ। ਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਰਾਤ ਦਾ ਸਾਰਾ ਸਫ਼ਰ ਕਰਕੇ ਸਵੇਰੇ 2-2.5 ਘੰਟੇ ਬਸ ਰੈਸਟ ਮਿਲੀ, ਅਤੇ ਉਸ ਤੋਂ ਬਾਅਦ ਜੀ ਇੱਥੇ ਕੀਰਤਨ ਸੀ, ਅਤੇ ਕੀਰਤਨ ਵੀ ਮਤਲਬ 1.5 ਘੰਟਾ ਕੀਰਤਨ ਕੀਤਾ ਜੀ। ਅਤੇ ਖੈਰ ਉਹ ਪਿਆਰ ਨਾਲ ਬੈਠੇ ਸੀਗੇ ਅਤੇ ਕੀਰਤਨ ਉਹਨਾਂ ਨੇ ਕਰਵਾ ਲਿਆ, ਅਤੇ ਥੱਕ ਗਏ ਹੁਣ ਕਿਉਂਕਿ ਸਰੀਰ ਹੈ ਓਬੀਅਸਲੀ ਥੱਕਦਾ ਵੀ ਹੈ, ਕਿਉਂਕਿ ਰਾਤ ਦੀ ਰੈਸਟ ਨਾ ਮਿਲੀ ਹੋਵੇ ਅਤੇ ਥੋੜ੍ਹਾ ਜਿਹਾ ਅਸਰ ਹੋ ਜਾਂਦਾ ਸਰੀਰ 'ਤੇ। ਖੈਰ ਮਾਲਕ ਨੇ ਸੇਵਾ ਲੈਣੀ ਹੈ, ਸਤਿਗੁਰ ਨੇ ਬਹੁਤ ਸੇਵਾ ਲਈ, ਸ਼ੁਕਰ ਹੈ ਕੀਰਤਨ ਕਰ ਹੋ ਗਿਆ ਮਾਲਕ ਦੀ ਕਿਰਪਾ ਨਾਲ। ਸੋ ਅਸੀਂ ਹੁਣ ਜੀ ਹਨੂੰਮਾਨਗੜ੍ਹ ਤੋਂ ਨਿਕਲ ਚੁੱਕੇ ਹਾਂ, ਅਸੀਂ ਵਾਇਆ ਗੰਗਾਨਗਰ ਹੁੰਦੇ ਹੋਏ, ਦਾਸਰਿਆਂ ਦਾ ਸ਼ਹਿਰ ਹੈ ਜੀ ਗੰਗਾਨਗਰ, ਅਸੀਂ ਗੰਗਾਨਗਰ ਤੋਂ ਹੁੰਦੇ ਹੋਏ ਫਿਰ ਜਲੰਧਰ ਨੂੰ ਜਾਵਾਂਗੇ ਜੀ। ਸੋ ਇਹ ਹੈ ਜੀ ਹੁਣ ਦੀ ਅਪਡੇਟ, ਤੁਹਾਨੂੰ ਫਿਰ ਦਿਖਾਉਂਦੇ ਹਾਂ ਜੀ। ਦੇਖੋ ਹੁਣ ਸੁੱਕਾ ਸੁੱਕਾ ਹੋਣਾ ਸ਼ੁਰੂ ਹੋ ਗਿਆ ਅੱਗੇ ਸਾਰਾ ਏਰੀਆ ਮਿੱਟੀ ਚਿੱਟੀ ਹੋਣੀ ਸ਼ੁਰੂ ਹੋ ਗਈ ਹੈ। ਇੱਥੇ ਚਿੱਟੀਆਂ ਇੱਟਾਂ ਬਣਦੀਆਂ ਹੋਣੀਆਂ, ਦੇਖੋ ਲਿਖਿਆ ਸੈਂਤੀ ਵਾਹਿਗੁਰੂ ਮਿਹਰ ਕਰੇ। ਸੈਂਤੀ ਦਾ ਮਤਲਬ ਕੀ ਹੈ? ਆਹੋ ਮੈਂ ਥੋੜਾ ਜਿਹਾ ਡਿਸਅਪੁਆਇੰਟ ਆ, ਆਪਣੇ ਗੱਡੀ ਦਾ ਨੁਕਸਾਨ ਹੋ ਗਿਆ ਭਾਜੀ। ਊਂਠ, ਆਹੋ ਯਾਰ ਆ ਗੱਡੀ ਦਾ ਊਂਠ 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 ਦੇਖੋ ਜੀ ਊਂਠ ਭਾਜੀ, ਊਂਠ ਨਹੀਂ ਹੈ ਭਾਜੀ, ਟਰੱਕਾਂ ਪਿੱਛੇ ਤਾਂ ਇਦਾਂ ਦੇਖਿਆ ਊਂਠ ਪਿੱਛੇ ਐਡਾ ਭਰਿਆ ਪਹਿਲੀ ਵਾਰ ਦੇਖਿਆ। ਦੇਖੋ ਜੀ ਊਂਠ, ਉਹ ਦੇਖ ਇੱਕ ਹੋਰ ਊਂਠ ਆ, ਨਹੀਂ ਇਹ ਨਹੀਂ ਹੈ ਜੀ, ਇਹ ਮੈਨੂੰ ਕਹਿੰਦਾ ਭਾਜੀ ਊਂਠ, ਭਾਜੀ ਹੁਣ ਭਾਜੀ ਊਂਠ ਹੈ ਭਲਾ ਭਾਜੀ ਊਂਠ ਆ ਰਿਹਾ ਬਾਅਦ ਚ ਕਹੂੰਗਾ ਬੈਠਾ ਸਿਮਰਨ ਬਾਂਦਰ ਬੈਠਾ ਸਿਮਰਨ। ਇਹ ਮੈਂ ਨਾ ਜਦੋਂ ਅਮਨਜੋਤ ਸਿੰਘ ਨਵਾਂ ਨਵਾਂ ਆਇਆ ਸੀ ਨਾ, ਉਦੋਂ ਮੈਂ ਬੜਾ ਕਹਿੰਦਾ ਹੁੰਦਾ ਸੀਗਾ, ਅਸੀਂ ਨਾ ਕੁਦਰਤੀ 2-4 ਵਾਰੀ ਨਾ ਉੱਧਰ ਗਏ ਬਾਂਦਰਾਂ ਵਾਲੇ ਏਰੀਏ ਵਿੱਚ ਨੰਗਲ, ਅਤੇ ਮੈਂ ਕਿਹਾ ਸੀ ਅਮਨਜੋਤ ਨੂੰ, ਮੈਂ ਅਮਨਜੋਤ ਬਾਂਦਰ, ਕਹਿੰਦਾ ਨਹੀਂ ਭਾਈ ਮੈਂ ਬਾਂਦਰ ਨਹੀਂ ਹੈਗਾ। ਨਵਾਂ ਨਵਾਂ ਬੰਦਾ ਬਾਂਦਰ ਹੀ ਹੁੰਦਾ, ਬਾਅਦ 'ਚ ਬੰਦਾ ਬੰਦਾ ਬਾਅਦ 'ਚ ਬਣਦਾ ਹੁੰਦਾ ਬਾਈ। ਬਸ ਠੀਕ ਹੈ, ਸੋ ਹਾਸਾ ਮਜ਼ਾਕ ਕਰ ਲੈਣਾ ਚਾਹੀਦਾ, ਕਿਸੇ ਦੇ ਕਿਹਾ ਬਾਂਦਰ ਥੋੜ੍ਹਾ ਕੋਈ ਬਣ ਜਾਂਦਾ। ਚਲੋ ਜੀ ਬਾਅਦ 'ਚੋਂ ਗੱਲ ਕਰਦੇ ਹਾਂ, ਬਾਕੀ ਤੁਹਾਨੂੰ ਦਿਖਾਵਾਂਗੇ ਕੁਛ ਅੱਛੇ ਅੱਛੇ ਸੀਨ, ਸੋ ਸਟੇ ਟਿਊਨਡ। ਵਾਹ
ਲਓ ਜੀ ਗੰਗਾਨਗਰ ਦੀ ਸਬਜ਼ੀ ਮੰਡੀ ਹਨਾ ਐਵੇਂ ਨਹੀਂ ਹੈ ਜੀ ਸਾਡਾ ਸ਼ਹਿਰ ਵੀ ਸੋਹਣਾ ਹੈ